ਵੇਖਣ ਵਿੱਚ ਆਮ ਲੱਗ ਰਹੀ ਇਹ ਕਾਰ, ਪਰ ਇਸ ਕਾਰ ਦੇ ਮਾਲਕ ਦਾ ਦਾਅਵਾ ਹੈ ਕਿ ਇਹ ਟਾਰਜ਼ਨ ਕਾਰ ਤੋਂ ਘੱਟ ਨਹੀਂ ਤੇ ਟੈਸਲਾ ਕਾਰ ਦੇ ਬਰਾਬਰ ਦੇ ਮੁੱਲ ਇਸ ਨੂੰ ਵੇਚਣਗੇ, ਕਿਉਂਕਿ ਇਹ ਕਾਰ ਖੁਦ ਘਰ ਤੋਂ ਚੱਲ ਕੇ ਟੋਲ ਕਟਵਾ ਕੇ ਵਾਪਸ ਘਰ ਆ ਜਾਂਦੀ ਹੈ। ਇਹ ਦਾਅਵਾ ਇਸ ਵੈਗਨਰ ਕਾਰ ਦੇ ਮਾਲਕ ਦਾ ਹੈ, ਕਿਉਂਕਿ ਪਿਛਲੇ ਦਿਨੀ ਇਹਨਾਂ ਦੇ ਮੋਬਾਈਲ 'ਤੇ ਇੱਕ ਮੈਸੇਜ ਆਉਂਦਾ ਹੈ ਜਿਸ 'ਤੇ ਇਹਨਾਂ ਦੀ ਕਾਰ ਦੇ ਟੋਲ ਕੱਟਣ ਦੀ ਜਾਣਕਾਰੀ ਮਿਲਦੀ ਹੈ, ਜਿਸ ਨੂੰ ਵੇਖ ਕੇ ਹੈਰਾਨ ਰਹਿ ਜਾਂਦੇ ਨੇ। ਜਦਕਿ ਇਹਨਾਂ ਨੇ ਕਿਹਾ ਕਿ ਇਹਨਾਂ ਦੀ ਕਾਰ ਉਸ ਸਮੇਂ ਘਰ ਦੇ ਵਿੱਚ ਖੜੀ ਸੀ ਅਤੇ ਜਿਸ ਜਗ੍ਹਾ 'ਤੇ ਟੋਲ ਕੱਟਿਆ ਉਸ ਜਗ੍ਹਾ 'ਤੇ ਇਹ ਕਾਰ ਅੱਜ ਤੱਕ ਕਦੇ ਵੀ ਨਹੀਂ ਗਈ। ਫਿਰ ਇਸਦਾ ਚਲਾਨ ਕਿਵੇਂ ਹੋ ਸਕਦਾ ਹੈ? ਫਿਰ ਉਹਨਾਂ ਕਿਹਾ ਕਿ ਇਹ ਫਿਰ ਟਾਰਜ਼ਨ ਕਾਰ ਵਾਂਗ ਹੈ ਜੋ ਆਪਣੇ ਆਪ ਬਿਨਾਂ ਡਰਾਈਵਰ ਤੋਂ ਚੱਲ ਕੇ ਟੋਲ ਕਟਵਾ ਕੇ ਵਾਪਸ ਆ ਜਾਂਦੀ ਹੈ। ਦੱਸਦੇ ਕਿ ਮਾਮਲਾ ਭਵਾਨੀਗੜ੍ਹ ਦਾ, ਜਿੱਥੇ ਕਾਰ ਮਾਲਕ ਦਾ ਦਾਅਵਾ ਹੈ ਕਿ ਜਦੋਂ ਉਸਦੀ ਕਾਰ ਘਰ ਦੇ ਵਿੱਚ ਖੜੀ ਸੀ ਇਸ ਦੌਰਾਨ ਉਸਦੀ ਕਾਰ ਦਾ ਟੋਲ ਕੱਟ ਜਾਂਦਾ ਹੈ ਅਤੇ ਉਹਨਾਂ ਨੇ ਇਸ ਸੰਬੰਧੀ CCTV ਵੀਡੀਓ ਵੀ ਵਿਖਾਈ, ਤਾਂ ਬਿਲਕੁਲ ਇਹ ਸੋਚਣ ਵਾਲੀ ਗੱਲ ਹੈ ਕਿ ਜੇਕਰ ਇਹਨਾਂ ਦੀ ਕਾਰ ਅਸਲ ਦੇ ਵਿੱਚ ਘਰ ਦੇ ਵਿੱਚ ਖੜੀ ਸੀ ਤਾਂ ਕਾਰ ਦਾ ਟੋਲ ਕਿਸ ਤਰੀਕੇ ਨਾਲ ਹੋ ਸਕਦਾ ਹੈ, ਜੋ ਕਿ ਟੋਲ ਵਾਲਿਆਂ 'ਤੇ ਵੱਡਾ ਸਵਾਲ ਖੜਾ ਕਰਦਾ ਹੈ। ਇਸ ਸੰਬੰਧੀ ਕਾਰ ਮਾਲਕ ਦਾ ਕਹਿਣਾ ਹੈ ਕਿ ਉਹ ਆਪਣੀ ਇਸ ਵੈਗਨਰ ਕਾਰ ਨੂੰ ਟੈਸਲਾ ਕਾਰ ਦੇ ਮੁੱਲ ਦੇ ਬਰਾਬਰ ਵੇਚਣਗੇ, ਕਿਉਂਕਿ ਇਹ ਟਾਰਜ਼ਨ ਕਾਰ ਦੇ ਵਾਂਗ ਖੁਦ ਟੋਲ ਕਟਵਾ ਕੇ ਵਾਪਸ ਆ ਜਾਂਦੀ ਹੈ। ਇਹ ਮੇਰੇ ਨਾਲ ਠੱਗੀ ਹੋਈ ਹੈ ਜੀ, 5 ਤਰੀਕ ਨੂੰ ਆਹ ਟੋਲ ਕੱਟਿਆ ਗਿਆ ਜੀ, ਆਹ ਮੇਰੀ ਗੱਡੀ ਉਰੇ ਖੜੀ ਸੀ ਜੀ ਘਰ 'ਚ, ਐਨ ਇਹ ਕਦੇ ਭਵਾਨੀਗੜ੍ਹ ਦੀ ਟੱਪੀ ਜੀ ਗੱਡੀ, ਇਹ ਅਸੀਂ ਸਿਰਫ ਲੋਕਲ ਵਾਸਤੇ ਰੱਖੀ ਹੈ, ਇਹ ਭਵਾਨੀਗੜ੍ਹ ਸੰਗਰੂਰ ਸੁਨਾਮ ਇਹ ਤੋਂ ਵੱਧ ਨਹੀਂ ਗਈ ਹੈਗੀ। ਟੋਲ ਸ਼ੰਭੂ ਬਾਰਡਰ 'ਤੇ ਕੱਟਿਆ ਗਿਆ ਜੀ ਘੱਗਰ 'ਤੇ, ਆਹ ਦੇਖੋ ਜੀ ਆਹ ਕੱਟਿਆ ਗਿਆ ਜੀ, ਆਹ ਮੈਸੇਜ ਆਇਆ ਮੈਨੂੰ ਜੀ ਇਹ, ਮੈਂ ਉਦੋਂ ਹੱਕਾ ਬੱਕਾ ਰਹਿ ਗਿਆ ਜੀ, ਮੈਂ ਹੈਰਾਨ ਪਰੇਸ਼ਾਨ ਹਾਂ। ਇੱਕ ਵਾਰੀ ਪਹਿਲਾਂ ਵੀ ਮੇਰੇ ਨਾਲ ਇਸੇ ਤਰ੍ਹਾਂ ਦੀ ਘਟਨਾ ਹੋ ਚੁੱਕੀ ਹੈ, ਇਹ ਪਤਾ ਨਹੀਂ ਜੀ ਕੀ ਚੱਕਰ ਹੈ, ਇਹ ਕੀ ਨਹੀਂ, ਕੀ ਸਿਸਟਮ ਹੈ ਜੀ ਟੋਲ ਪਲਾਜ਼ੇ ਵਾਲਿਆਂ ਦਾ, ਪਤਾ ਨਹੀਂ 2-3 ਗੱਡੀਆਂ ਨੇ ਇਹਦੇ ਨਾਲ ਦੀਆਂ, ਪਤਾ ਨਹੀਂ ਕੀ ਹੈ ਕੀ ਨਹੀਂ ਜੀ, ਮੈਨੂੰ ਸਮਝ ਤੋਂ ਬਾਹਰ ਹੈ ਜੀ। ਇਹਦੇ ਵਾਸਤੇ ਕੋਈ ਕਾਨੂੰਨ ਬਣਨਾ ਚਾਹੀਦਾ ਜਾਂ ਫਾਸਟੈਗ ਦੀ ਕੋਈ ਹੋਰ ਇਹਦੇ ਰੂਲ ਐਂਡ ਰੈਗੂਲੇਸ਼ਨ ਹੋਣੇ ਚਾਹੀਦੇ ਨੇ, ਇਹਦੇ ਬਾਰੇ ਕੋਈ ਨਾ ਕੋਈ ਸਰਕਾਰ ਵੱਲੋਂ ਮੰਗ ਕਰਦੇ ਹਾਂ, ਇਹਦੇ ਬਾਰੇ ਐਕਸ਼ਨ ਲਿਆ ਜਾਵੇ ਜੀ। ਇਸ ਬਾਰੇ ਕੋਈ ਜਾਣਕਾਰੀ ਨਹੀਂ ਸਾਨੂੰ, ਨਾ ਕੋਈ ਇਹਦੇ ਬਾਰੇ ਨੰਬਰ ਹੈ ਜੀ ਸਾਡੇ ਕੋਲ, ਅਸੀਂ ਬਾਥਾ ਲਾਈ ਆਪਦੀ, ਸਾਨੂੰ ਕੋਈ ਪਤਾ ਹੀ ਨਹੀਂ ਚੱਲਿਆ ਜੀ, ਹੱਕ ਪਾ ਕੇ ਰਹਿ ਗਏ ਜੀ, ਹੁਣ ਅਸੀਂ ਐਂ ਸੋਚਦੇ ਵੀ ਕੋਈ ਕਾਨੂੰਨੀ ਕਾਰਵਾਈ ਦਾ ਪੱਖ ਲਿਆ ਜਾਵੇ। ਵੇਖਣ ਵਿੱਚ ਆਮ ਲੱਗ ਰਹੀ ਇਹ ਕਾਰ, ਪਰ ਇਸ ਕਾਰ ਦੇ ਮਾਲਕ ਦਾ ਦਾਅਵਾ ਹੈ ਕਿ ਇਹ ਟਾਰਜ਼ਨ ਕਾਰ ਤੋਂ ਘੱਟ ਨਹੀਂ ਤੇ ਟੈਸਲਾ ਕਾਰ ਦੇ ਬਰਾਬਰ ਦੇ ਮੁੱਲ ਇਸ ਨੂੰ ਵੇਚਣਗੇ, ਕਿਉਂਕਿ ਇਹ ਕਾਰ ਖੁਦ ਘਰ ਤੋਂ ਚੱਲ ਕੇ ਟੋਲ ਕਟਵਾ ਕੇ ਵਾਪਸ ਘਰ ਆ ਜਾਂਦੀ ਹੈ। ਇਹ ਦਾਅਵਾ ਇਸ ਵੈਗਨਰ ਕਾਰ ਦੇ ਮਾਲਕ ਦਾ ਹੈ, ਕਿਉਂਕਿ ਪਿਛਲੇ ਦਿਨੀ ਇਹਨਾਂ ਦੇ ਮੋਬਾਈਲ 'ਤੇ ਇੱਕ ਮੈਸੇਜ ਆਉਂਦਾ ਹੈ ਜਿਸ 'ਤੇ ਇਹਨਾਂ ਦੀ ਕਾਰ ਦੇ ਟੋਲ ਕੱਟਣ ਦੀ ਜਾਣਕਾਰੀ ਮਿਲਦੀ ਹੈ, ਜਿਸ ਨੂੰ ਵੇਖ ਕੇ ਹੈਰਾਨ ਰਹਿ ਜਾਂਦੇ ਨੇ। ਜਦਕਿ ਇਹਨਾਂ ਨੇ ਕਿਹਾ ਕਿ ਇਹਨਾਂ ਦੀ ਕਾਰ ਉਸ ਸਮੇਂ ਘਰ ਦੇ ਵਿੱਚ ਖੜੀ ਸੀ ਅਤੇ ਜਿਸ ਜਗ੍ਹਾ 'ਤੇ ਟੋਲ ਕੱਟਿਆ ਉਸ ਜਗ੍ਹਾ 'ਤੇ ਇਹ ਕਾਰ ਅੱਜ ਤੱਕ ਕਦੇ ਵੀ ਨਹੀਂ ਗਈ। ਫਿਰ ਇਸਦਾ ਚਲਾਨ ਕਿਵੇਂ ਹੋ ਸਕਦਾ ਹੈ? ਫਿਰ ਉਹਨਾਂ ਕਿਹਾ ਕਿ ਇਹ ਫਿਰ ਟਾਰਜ਼ਨ ਕਾਰ ਵਾਂਗ ਹੈ ਜੋ ਆਪਣੇ ਆਪ ਬਿਨਾਂ ਡਰਾਈਵਰ ਤੋਂ ਚੱਲ ਕੇ ਟੋਲ ਕਟਵਾ ਕੇ ਵਾਪਸ ਆ ਜਾਂਦੀ ਹੈ। ਦੱਸਦੇ ਕਿ ਮਾਮਲਾ ਭਵਾਨੀਗੜ੍ਹ ਦਾ, ਜਿੱਥੇ ਕਾਰ ਮਾਲਕ ਦਾ ਦਾਅਵਾ ਹੈ ਕਿ ਜਦੋਂ ਉਸਦੀ ਕਾਰ ਘਰ ਦੇ ਵਿੱਚ ਖੜੀ ਸੀ ਇਸ ਦੌਰਾਨ ਉਸਦੀ ਕਾਰ ਦਾ ਟੋਲ ਕੱਟ ਜਾਂਦਾ ਹੈ ਅਤੇ ਉਹਨਾਂ ਨੇ ਇਸ ਸੰਬੰਧੀ CCTV ਵੀਡੀਓ ਵੀ ਵਿਖਾਈ, ਤਾਂ ਬਿਲਕੁਲ ਇਹ ਸੋਚਣ ਵਾਲੀ ਗੱਲ ਹੈ ਕਿ ਜੇਕਰ ਇਹਨਾਂ ਦੀ ਕਾਰ ਅਸਲ ਦੇ ਵਿੱਚ ਘਰ ਦੇ ਵਿੱਚ ਖੜੀ ਸੀ ਤਾਂ ਕਾਰ ਦਾ ਟੋਲ ਕਿਸ ਤਰੀਕੇ ਨਾਲ ਹੋ ਸਕਦਾ ਹੈ, ਜੋ ਕਿ ਟੋਲ ਵਾਲਿਆਂ 'ਤੇ ਵੱਡਾ ਸਵਾਲ ਖੜਾ ਕਰਦਾ ਹੈ। ਇਸ ਸੰਬੰਧੀ ਕਾਰ ਮਾਲਕ ਦਾ ਕਹਿਣਾ ਹੈ ਕਿ ਉਹ ਆਪਣੀ ਇਸ ਵੈਗਨਰ ਕਾਰ ਨੂੰ ਟੈਸਲਾ ਕਾਰ ਦੇ ਮੁੱਲ ਦੇ ਬਰਾਬਰ ਵੇਚਣਗੇ, ਕਿਉਂਕਿ ਇਹ ਟਾਰਜ਼ਨ ਕਾਰ ਦੇ ਵਾਂਗ ਖੁਦ ਟੋਲ ਕਟਵਾ ਕੇ ਵਾਪਸ ਆ ਜਾਂਦੀ ਹੈ। ਇਹ ਮੇਰੇ ਨਾਲ ਠੱਗੀ ਹੋਈ ਹੈ ਜੀ, 5 ਤਰੀਕ ਨੂੰ ਆਹ ਟੋਲ ਕੱਟਿਆ ਗਿਆ ਜੀ, ਆਹ ਮੇਰੀ ਗੱਡੀ ਉਰੇ ਖੜੀ ਸੀ ਜੀ ਘਰ 'ਚ, ਐਨ ਇਹ ਕਦੇ ਭਵਾਨੀਗੜ੍ਹ ਦੀ ਟੱਪੀ ਜੀ ਗੱਡੀ, ਇਹ
ਅਸੀਂ ਸਿਰਫ ਲੋਕਲ ਵਾਸਤੇ ਰੱਖੀ ਹੈ ਇਹ ਭਵਾਨੀਗੜ੍ਹ ਸਮਰੂਰ ਸੁਨਾਮ, ਇਹ ਤੋਂ ਵੱਧ ਨਹੀਂ ਗਈ ਹੈਗੀ। ਟੋਲ ਸ਼ੰਭੂ ਬਾਰਡਰ 'ਤੇ ਕੱਟਿਆ ਗਿਆ ਜੀ ਘੱਗਰ 'ਤੇ। ਆਹ ਦੇਖੋ ਜੀ, ਆਹ ਕੱਟਿਆ ਗਿਆ ਜੀ, ਆਹ ਮੈਸੇਜ ਆਇਆ ਮੈਨੂੰ ਜੀ ਇਹ। ਮੈਂ ਉਦੋਂ ਹੱਕਾ ਬੱਕਾ ਰਹਿ ਗਿਆ ਜੀ, ਮੈਂ ਹੈਰਾਨ ਪਰੇਸ਼ਾਨ ਹਾਂ। ਇੱਕ ਵਾਰੀ ਪਹਿਲਾਂ ਵੀ ਮੇਰੇ ਨਾਲ ਇਸੇ ਤਰ੍ਹਾਂ ਦੀ ਘਟਨਾ ਹੋ ਚੁੱਕੀ ਹੈ। ਇਹ ਪਤਾ ਨਹੀਂ ਜੀ ਕੀ ਚੱਕਰ ਹੈ ਇਹ, ਕੀ ਨਹੀਂ, ਕੀ ਸਿਸਟਮ ਹੈ ਜੀ ਟੋਲ ਪਲਾਜ਼ੇ ਵਾਲਿਆਂ ਦਾ। ਪਤਾ ਨਹੀਂ ਦੋ ਤਿੰਨ ਗੱਡੀਆਂ ਨੇ ਇਹਦੇ ਨਾਲ ਦੀਆਂ, ਪਤਾ ਨਹੀਂ ਕੀ ਹੈ ਕੀ ਨਹੀਂ ਜੀ, ਮੈਨੂੰ ਸਮਝ ਤੋਂ ਬਾਹਰ ਹੈ ਜੀ। ਇਹਦੇ ਵਾਸਤੇ ਕੋਈ ਕਾਨੂੰਨ ਬਣਨਾ ਚਾਹੀਦਾ ਜਾਂ ਫਾਸਟੈਗ ਦੀ ਕੋਈ ਹੋਰ ਇਹਦੇ ਰੂਲ ਐਂਡ ਰੈਗੂਲੇਸ਼ਨ ਹੋਣੇ ਚਾਹੀਦੇ ਨੇ। ਇਹਦੇ ਬਾਰੇ ਕੋਈ ਨਾ ਕੋਈ ਸਰਕਾਰ ਵੱਲੋਂ ਮੰਗ ਕਰਦੇ ਹਾਂ, ਇਹਦੇ ਬਾਰੇ ਐਕਸ਼ਨ ਲਿਆ ਜਾਵੇ ਜੀ। ਇਸ ਬਾਰੇ ਕੋਈ ਜਾਣਕਾਰੀ ਨਹੀਂ ਸਾਨੂੰ, ਨਾ ਕੋਈ ਇਹਦੇ ਬਾਰੇ ਨੰਬਰ ਹੈ ਜੀ ਸਾਡੇ ਕੋਲ। ਅਸੀਂ ਬਾਤ ਆ ਲਾਈ ਆਪਦੀ, ਸਾਨੂੰ ਕੋਈ ਪਤਾ ਹੀ ਨਹੀਂ ਚੱਲਿਆ ਜੀ, ਹੱਕ ਪਾ ਕੇ ਰਹਿ ਗਏ ਜੀ। ਹੁਣ ਅਸੀਂ ਐਂ ਸੋਚਦੇ ਵੀ ਕੋਈ ਕਾਨੂੰਨੀ ਕਾਰਵਾਈ ਦਾ ਪੱਖ ਲਿਆ ਜਾਵੇ।